Audio Jungle. ਲੰਬੜਾਂ ਦਾ ਲਾਣਾ। ਕਹਿੰਦੇ ਹਰ ਪੂਰਨਮਾਸ਼ੀ ਨੂੰ ਲੰਬੜਾਂ ਦੇ ਲਾਣੇ 'ਚ ਬਾਬੇ ਦਾ ਭੂਤ ਆਉਂਦਾ ਅਤੇ ਇਹ ਭੂਤ ਕਿਹਨੂੰ ਕਿਹਨੂੰ ਚੱਕਰਾਂ 'ਚ ਪਾਈ ਫਿਰਦਾ। ਇਹ ਸਾਰਾ ਡਰਾਮਾ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਜੀ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਦੋਸਤੋ, ਫਿਲਮ ਆ ਰਹੀ ਹੈ ਥੋੜ੍ਹੀ ਡਰਾਉਣੀ ਅਤੇ ਫੁੱਲ ਕਮੇਡੀ। ਫਿਲਮ ਦਾ ਟਾਈਟਲ ਹੈ ਲੰਬੜਾਂ ਦਾ ਲਾਣਾ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਿਲਮ ਦੀ ਡਾਇਰੈਕਸ਼ਨ ਬਾਰੇ। ਲੰਬੜਾਂ ਦੇ ਲਾਣਾ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਜੀ ਤਾਜ, ਅਤੇ ਫਿਲਮ ਦੇ ਰਾਈਟਰ ਵੀ ਤਾਜ ਨੇ, ਅਤੇ ਫਿਲਮ ਦੇ ਡਾਇਲੋਗ ਟਾਟਾ ਬੈਨੀਪਾਲ ਦੁਆਰਾ ਲਿਖੇ ਗਏ ਨੇ, ਅਤੇ ਫਿਲਮ ਦੇ DOP ਨੇ ਕੇ ਸੁਨੀਲ, ਅਤੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਫਾਇਰ ਮੋਨਿਕਾ ਮਲਟੀਮੀਡੀਆ, ਐਂਡ ਐਗਜੀਕਿਊਟਿਵ ਪ੍ਰੋਡਿਊਸਰ ਨੇ ਤਲਵਿੰਦਰ ਸੱਗੂ ਐਂਡ ਕੁਲਜੀਤ ਪਦਮ। ਅਤੇ ਹੁਣ ਜਾਣਕਾਰੀ ਦਿੰਦੇ ਹਾਂ ਫਿਲਮ ਦੀ ਸਟਾਰਕਾਸਟ ਬਾਰੇ। ਫਿਲਮ ਲੰਬੜਾਂ ਦੇ ਲਾਣੇ ਵਿੱਚ ਲੀਡ 'ਤੇ ਨਜ਼ਰ ਆਉਣਗੇ ਬੱਬਲ ਰਾਏ, ਇਹਨਾਂ ਦੇ ਨਾਲ ਸਾਰਾ ਗੁਰਪਾਲ, ਯਾਸਿਰ ਹੁਸੈਨ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਖਵਿੰਦਰ ਚਾਲ, ਗੁਰਪ੍ਰੀਤ ਕੌਰ ਪੰਗੂ, ਮਲਕੀਤ ਰੌਣੀ, ਹਰਬੀ ਸੰਘਾ, ਮਨਿੰਦਰ ਗਿੱਲ, ਸੰਜੀਵ ਅਤਰੀ, ਸੰਗੀਤਾ ਗੁਪਤਾ, ਰਣਦੀਪ ਪੰਗੂ, ਗੁਰਿੰਦਰ ਮਕਨਾ, ਨੇਹਾ ਦਿਆਲ ਅਤੇ ਰਤਨ ਔਲਖ, ਅਤੇ ਹੋਰ ਵੀ ਕਈ ਅਦਾਕਾਰ। ਫਿਲਮ ਦੇ ਵਿੱਚ ਤੁਹਾਨੂੰ ਫੁੱਲ ਕਮੇਡੀ ਵੇਖਣ ਨੂੰ ਮਿਲੇਗੀ। ਟ੍ਰੇਲਰ ਇਸ ਫਿਲਮ ਦਾ ਰਿਲੀਜ਼ ਹੋ ਚੁੱਕਿਆ ਹੈ, ਅਤੇ ਇਹ ਫਿਲਮ 26 ਜਨਵਰੀ 2024 ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ। ਵੀਡੀਓ ਨੂੰ ਲਾਈਕ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ, ਅਤੇ ਫਿਲਮਾਂ ਨਾਲ ਜੁੜੀ ਹੋਰ ਜਾਣਕਾਰੀ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮੱਚ। JD Films.